ਜਾਰੀ ਪਰ ਚੱਕਰਵਾ ਦਿੰਦਾ ਚਾਰ ਨਜਾਰੇ ਪਰ ਚੱਕਰਵਾ ਦਿੰਦੇ ਸਾਡੇ ਨੇ ਛੇ ਦਿਨ ਤੋਂ ਝੂਠਾ ਪਰ ਚੱਕਰਵਾ ਨਜਾਰੇ ਚ ਛੇ ਦਿਨ ਦੇ ਸਰਪੰਚ ਜਰਮਨ ਸਲਾਹ ਇਹ ਕੋਈ ਅਸੀਂ ਇਹਨਾਂ ਦੇ ਗਲਤ ਕੰਮ ਕਰਦੇ ਸਾਨੂੰ ਲੋਕ ਬਹੁਤ ਕਿਉਂ ਚੁੜਦੇ ਬਿਲਕੁਲ ਝੂਠੇ ਨਹੀਂ ਜੀ ਬਿਲਕੁਲ ਝੂਠੇ ਨਹੀਂ ਇਹਨੇ ਮੁਝੇ ਫੋਟੇ ਦਿੱਤਾ ਦਾਵਾ ਕਰਦਾ ਸਾਡੇ ਪਿੰਡ ਦੇ ਵਿੱਚ ਆ ਕੇ ਵੀ ਮੈਂ ਇਮਾਨਦਾਰ ਆ ਪ੍ਰਾਧੇ ਮਗਰ ਰੱਖ ਕੇ ਸਾਡੇ ਕੋਲ ਇਹਨੇ ਸਬੂਤ ਨੇ 2 ਕਰੋੜ ਰੁਪਇਆ ਖਾ ਗਿਆ ਪੰਜਾਬ ਦਾ ਕਿਹਨੇ ਆ ਕੀਤਾ ਸਾਡੇ ਨੇ ਕੱਲ ਕੀ ਜਿਹੜਾ ਚਾਹੁੰਦਾ ਹੈ ਉਹਦੇ ਤੇ ਨਜਾਇਜ਼ ਪਰਚਾ ਕਰਵਾ ਦਿੰਦਾ ਚਾਰ ਨਜਾਇਜ਼ ਪਰਚਾ ਕਰਵਾ ਦਿੱਤੇ ਸਾਡੇ ਨੇ 6 ਦਿਨ ਤੋਂ ਝੂਠਾ ਪਰਚਾ ਕਰਵਾਇਆ ਨਜਾਇਜ਼ 6 ਦਿਨ ਦੇ ਹੈ ਤੇ ਹੁਣ ਇੱਕ ਬੰਦਾ ਫਸਾ ਦਿੱਤਾ 376 ਦੇ ਕੇਸ ਚ ਇੱਕ ਜਨਾਨੀ ਬਿਠਾ ਦਿੱਤੀ ਨਜਾਇਜ਼ ਬਰਾੜ ਵਿੱਚ ਕੇ ਉਹ ਧਮਕੀ ਦਿੰਦੇ ਵੀ ਸਾਰਿਆਂ ਨੂੰ ਧਮਕੀ ਦਿੰਦੀ ਹੈ ਵੀ ਜੇ ਇਹਨਾਂ ਨੂੰ ਕੋਈ ਰੋਕੇਗਾ ਤੇ ਮੈਂ 376 ਦਾ ਕੇਸ ਪਾ ਦੇਣੀ ਕੱਪੜੇ ਪਾੜ ਕੇ ਇਹੋ ਜਿਹੀ ਜਨਾਨੀ ਬਿਠਾ ਦਿੱਤੀ ਜਿਹੜੀ ਕਿ ਬਹੁਤ ਜ਼ਿਆਦਾ ਕਰਦੇ ਪੁੱਠਾ ਸਿੱਧਾ ਬੋਲਦੀ ਸਾਨੂੰ ਕਿਹਦੇ ਦੇ ਰੋਬ ਲਾ ਰਹੇ ਹੋ ਕੌਣ ਕਰ ਰਿਹਾ ਐਵੇਂ ਸਰਪੰਚ ਜਰਮਨ ਸਲਾਹ ਗੁਰਦੁਆਰੇ ਤੋਂ ਕਰ ਰਿਹਾ ਚੱਕਿਆ ਤੇ ਘਰੇ ਜਾਇ ਕੇ ਸੁੱਟਿਆ ਤੇ ਉਹਦੇ ਤੇ ਧੱਕਾ ਤੇ ਪਰਚਾ ਕਰਵਾ ਦਿੱਤਾ ਤੁਹਾਡੇ ਅਜੇ ਰੋਲਾ ਮਾਰਿਆ ਵੀ ਅਸੀਂ ਜਦੋਂ ਇਹ ਬਣਿਆ ਨਾ 2018 ਦੇ ਵਿੱਚ ਕਿਹਨਾਂ ਦੇ ਮੇਰੇ ਬਣੇ ਸਰਪੰਚ ਬਣੇ 7-8 ਸਾਲ ਹੋ ਗਏ ਨੇ ਸਰਪੰਚ ਬੰਦੇ ਨੂੰ ਅੱਜ ਤੱਕ ਸਾਡਾ ਪਿੰਡ ਦਾ ਹਾਲ ਦੇਖੋ ਜਾ ਕੇ ਕੀ ਹੈ ਗਲੀਆਂ ਦੇ ਵੇਖ ਲਓ ਜਾ ਕੇ ਸਬੂਤ ਦੇਖ ਲਓ ਮੈਂ ਪਹਿਲੀ ਗੱਲ ਤਾਂ ਮੈਂ ਅੱਜ ਤੂੰ ਚਾਮਿਲ ਕਰੇ ਤੇ ਮੈਂ ਕਾਗਜ਼ ਚੱਕ ਲਿਆ ਪਰ 4 ਗਲੀਆਂ ਨੇ ਪਿੱਛੇ ਬਕਾਇਦਾ 5 ਗਲੀਆਂ ਦਾ ਨਕਸ਼ਾ ਮੇਰੇ ਕੋਲ ਸਬੂਤ ਹੈ ਮੈਂ ਲਿਆ ਕੇ ਵਿਖਾਉਂਗੀ ਸਵੇਰੇ ਤੇ ਸਵੇਰੇ ਤੁਸੀਂ ਪੱਕਾ ਆਣਾ 2013 ਚ ਪਹਿਲੀ ਵਾਰ ਸਰਪੰਚ ਬਣੇ 19 ਚ ਫਿਰ ਦੁਬਾਰਾ ਬਣੇ ਨੇ ਜੇ ਕੋਈ ਅਸੀਂ ਇਦਾਂ ਦੇ ਗਲਤ ਕੰਮ ਕਰਦੇ ਤਾਂ ਸਾਨੂੰ ਲੋਕ ਵੋਟ ਕਿਉਂ ਚੁਣਦੇ ਬਿਲਕੁਲ ਝੂਠੇ ਨੇ ਜੀ ਬਿਲਕੁਲ ਝੂਠੇ ਮਨਦੇ ਨੇ ਬਿਲਕੁਲ ਇਸ ਤਰ੍ਹਾਂ ਦੀ ਲੇਡੀਜ਼ ਹੈ ਹਰ ਤਰ੍ਹਾਂ ਦੇ ਜੋ ਵੀ ਹੈ ਹਰ ਤਰ੍ਹਾਂ ਦਾ ਝੂਠਾ ਇਲਜ਼ਾਮ ਹੈ ਉਹਦਾ ਉਹ ਸਾਡੇ ਕੋਰਟ ਦੇ ਵਿੱਚ ਡਿਗਰੀ ਹੋਈ ਜੀ 2007 ਦੇ ਵਿੱਚ ਸਾਡੇ ਕੋਲ ਡਿਗਰੀ ਹੁੰਦੀ ਜੇ ਅਸੀਂ ਗਲਤ ਪਾਈਆਂ ਨੇ ਤੇ ਉਸ ਟਾਈਮ ਤੇ ਮੌਕੇ ਤੇ ਜਾ ਕੇ ਡੀਡੀਪੀਓ ਨੂੰ ਵੀਡੀਓ ਨੂੰ ਡੀਸੀ ਨੂੰ ਜਿੰਨੂੰ ਮਰਜ਼ੀ ਉਸ ਨੂੰ ਅਰੈਸਟ ਲਾ ਸਕਦੇ ਸਾਡਾ ਕੰਮ ਰੋਕ ਦਿੰਦੇ ਉਹਨਾਂ ਦੇ ਕਹਿੰਦੇ 2013 ਤੋਂ ਲੈ ਕੇ ਹੁਣ ਤੱਕ 1.5-2 ਕਰੋੜ ਰੁਪਏ ਦਾ ਜਿਹੜਾ ਕੰਮ ਹੈ ਉਹ ਜੀਵਨ ਸਾਹਿਬ ਖਾ ਗਏ ਉਹਨਾਂ ਨੇ ਪਿੰਡ ਤੇ ਨਹੀਂ ਲਾਏ ਤੇ ਜਿੰਦੀ ਦੀ ਇਨਕੁਆਇਰੀ ਉਸ ਵੇਲੇ ਦੇ ਡੀਸੀ ਈਸ਼ਾ ਕਾਲਿਆ ਵੱਲੋਂ ਵਿਜੀਲੈਂਸ ਨੂੰ ਮਾਰ ਕੀਤੀ ਤੋਂ ਵੀ ਇਹਨਾਂ ਦੇ ਪ੍ਰੈਸ਼ਰ ਦੇ ਨਾ ਪਾਈ ਹੋਈ ਕੋਈ ਇਦਾਂ ਦੀ ਨਹੀਂ ਗੱਲ ਹੋਈ ਜੀ ਪਿੰਡ ਦੇ ਵਿੱਚ ਸਾਡੀ ਇੱਕ ਇੱਕ ਗਲੀ ਜੋ ਵੀ ਹੈ 58 ਲਾਇਆ ਸੀ ਇਸ ਟਾਈਮ ਤੁਸੀਂ ਜੋ ਵੀ ਗਲੀ ਇੱਕ ਇੱਕ ਚੈੱਕ ਕਰਾ ਕੇ ਵੇਖ ਲਓ ਜੀ ਸਾਰਾ ਸਾਡਾ ਕੰਮ ਬਿਲਕੁਲ ਪੂਰਾ ਬਿਲਕੁਲ ਸਥਿਤੀ ਨਾਲ ਹੋਇਆ ਜੀ ਕੋਈ ਇਦਾਂ ਦੀ ਗਵਾਹੇ ਤੋਂ ਪਿਛਲੀ ਵਾਰੀ ਸਰਕਾਰ ਸਾਡੇ ਗਵਾਹੇ ਤੋਂ ਅਸੀਂ ਗਵਾਹੇ ਦੀ ਐਂਟੀ ਸੀ ਸਾਨੂੰ ਕਿਸੇ ਤਰ੍ਹਾਂ ਦੀ 1 ਰੁਪਈਆ ਵੀ ਗ੍ਰਾਂਟ ਨਹੀਂ ਮਿਲੀ 4 ਲੱਖ ਰੁਪਇਆ ਸੰਤੀ ਨੇ ਜੋ ਕਿ ਫਿਰਨੀ ਦੇ ਉੱਤੇ ਲਾਇਆ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕਰਵਾਇਆ ਨਹੀਂ ਇੱਕੋ ਕਹਿੰਦੇ ਵੀ ਨਜਾਇਜ਼ ਪਰਚੇ ਵੀ ਬੜੇ ਕਰਾਏ ਆ ਨਾ ਜੀ ਇਦਾਂ ਦੀ ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਿ ਅਸੀਂ ਇਸ ਤਰ੍ਹਾਂ ਕੋਈ ਕਰਾਉਂਦੇ ਤੇ ਤਾਂ ਫਿਰ ਅਸੀਂ ਇਸ ਦਾ ਜ਼ਿੰਮੇਵਾਰ ਸੀ ਅਸੀਂ ਠੀਕ ਹੈ ਕਾਂਗਰਸ ਪਾਰਟੀ ਦੇ ਖਿਲਾਫ ਸੀ ਅਸੀਂ ਇੱਥੇ ਆਮ ਪਾਰਟੀ ਦੇ ਨਾਲ ਸੀ ਜ਼ਿਆਦਾ ਆਮ ਪਾਰਟੀ ਦੇ ਅਸੀਂ ਨਾਲ ਰਹੇ ਆ ਸਰ ਕਮੇਟੀ ਜੋ ਬਣਾਈ ਹੈ ਦਵਿੰਦਰ ਜੀ ਦੇ ਦਵਿੰਦਰ ਜੀ ਨੇ ਬਣਾਈ ਹੈ 11 ਮੇਰੀ ਕਮੇਟੀ ਉਹ ਹੀ ਬਣੀ ਹੈ ਰੇਤਾ ਵਿਕੋ ਤੁਸੀਂ ਰੇਤਾ ਸਾਡਾ ਇਹ ਬਾਹਰ ਚੋਰੀ ਕਰਕੇ ਲਿਆਉਂਦੇ ਨੇ ਤੇ ਗੁਰਦੁਆਰੇ ਦਾ ਨਾਮ ਬਣਾ ਕੇ ਕਹਿੰਦੇ ਨੇ ਅਸੀਂ ਸੌਂ ਖਾ ਕੇ ਕਹਿੰਦੇ ਆ ਤੇ ਬਾਹਰੋਂ ਜਿਹੜੀ ਰੇੜੀ ਆਈ ਬਾਹਰੋਂ ਆਈ ਹੈ ਕੋਈ ਗੁਰਦੁਆਰੇ ਦੇ ਮੰਨ ਲਓ ਜੇ ਰੇਤਾ ਪੈਚਾ ਰੇੜੀ ਭਰਾਂਗੇ ਉੱਥੇ ਡੁੱਲੇਗਾ ਰੇਤਾ ਮਾੜਾ ਮਾੜਾ ਖਿਲਰੇਗਾ ਇਹ ਸਾਰੇ ਪਿੰਡ ਨੂੰ ਪਤਾ ਹੀ ਹੈ ਚੋਰੀ ਦਾ ਕੰਮ ਕਰਦੇ ਰੇਤੇ ਦਾ ਤੇ ਨਾ ਗੁਰਦੁਆਰੇ ਤੇ ਲਾਉਂਦੇ ਗੁਰਦੁਆਰੇ ਚ ਬੱਚਿਆ ਸੀ ਅਸੀਂ ਕਮੇਟੀ ਮੈਂਬਰ ਆਏ ਸਾਨੂੰ ਕੋਈ ਬੰਦਾ ਜਾਂ ਕਮੇਟੀ ਮੈਂਬਰ 11 ਬੰਦੇ ਨੇ 7 ਦੇ 8 ਦੇ ਸੌਂ ਚੱਕ ਕੇ ਕਹਿੰਦੇ ਕੋਈ ਵੀ ਬੰਦਾ ਵੀ ਗੁਰਦੁਆਰੇ ਚ ਅਸੀਂ ਰੇਤਾ ਚੱਕਿਆ ਬਾਹਰੋਂ ਚੋਰੀ ਕਰਕੇ ਲਾਇਆ ਨਾ ਗੁਰਦੁਆਰੇ ਤੇ ਲਾਇਆ